ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 'ਚ ਖੜੇ ਹਾਂ। ਇਹ ਵੀਡੀਓ ਤੁਹਾਡੇ ਲਈ ਬਹੁਤ ਵਧੀਆ ਹੋਣ ਵਾਲੀ ਆ। ਸਾਡੇ ਨਾਲ ਬਰਾੜ ਸਾਹਿਬ ਆ, ਫਾਰਮ 'ਤੇ ਪਹੁੰਚੇ ਹਾਂ। ਵੱਖ ਵੱਖ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਵਿਖਾਵਾਂਗੇ। ਪਹਿਲਾਂ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਬਾਈ ਬਾਈ, ਕੀ ਲੋਕੇਸ਼ਨ ਆਪਣੀ ਆਪਾਂ ਜਿੱਥੇ ਖੜੇ ਹਾਂ? ਸਭ ਤੋਂ ਪਹਿਲਾਂ ਤਾਂ ਬਾਈ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਫਾਰਮ 'ਤੇ ਪਹੁੰਚਣ ਵਾਸਤੇ। ਜੀ ਧੰਨਵਾਦ। ਮੇਰਾ ਨਾਮ ਜਸਮਿੰਦਰ ਸਿੰਘ ਆ ਬਾਈ ਜੀ। ਜੀ। ਫਾਰਮ ਦਾ ਨਾਮ ਬਰਾੜ ਫਾਰਮ ਸ੍ਰੀ ਮੁਕਤਸਰ ਸਾਹਿਬ ਆ ਜੀ। ਜੀ। ਅਤੇ ਪਿੰਡ ਵਾੜਾ ਕਿਸ਼ਨਪੁਰਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਜੀ ਨੇੜੇ ਮੱਲਣ ਬਾਈ ਜੀ। ਜੀ ਹਾਂਜੀ ਬਾਈ ਜੀ। ਬਾਈ, ਆਪਾਂ ਦੇਖਿਆ ਇੱਥੇ ਆ ਕੇ ਵੀ ਬਹੁਤ ਸੋਹਣੇ ਸੋਹਣੇ ਜਾਨਵਰ ਅਤੇ ਪੰਛੀ ਰੱਖਿਆ, ਇਸ ਪਾਸੇ ਕਿਵੇਂ ਆਉਣਾ ਹੋਇਆ ਅਤੇ ਸ਼ੌਂਕ ਕਿਵੇਂ ਪਿਆ? ਸ਼ੌਂਕ ਬਾਈ ਜੀ, ਸ਼ੁਰੂ ਤੋਂ ਬਚਪਨ ਤੋਂ ਵੈਸੇ ਤਾਂ ਦਾਦਾ ਜੀ ਹਰੇ ਪੜਦਾਦਾ ਜੀ ਹਰੇ ਨੂੰ ਸ਼ੌਂਕ ਸੀਗਾ, ਉਸ ਤੋਂ ਬਾਅਦ ਫਾਦਰ ਸਾਹਿਬ ਹਰਾਂ ਨੂੰ ਸ਼ੌਂਕ ਸੀਗਾ, ਫਿਰ ਹੌਲੀ ਹੌਲੀ ਜਿਵੇਂ ਅਗਲਾ ਕਹਿੰਦਾ ਮਦਰ ਫਾਦਰ, ਮਤਲਬ ਜਿਹੋ ਜਿਹੇ ਘਰ ਦੇ ਵਿੱਚ ਮਾਹੌਲ ਹੁੰਦਾ, ਬੱਚਾ ਉਵੇਂ ਪਿੱਛੇ ਲੱਗ ਜਾਂਦਾ। ਫਿਰ ਮੈਨੂੰ ਵੀ ਬਾਈ ਜੀ ਇਹਨਾਂ ਚੀਜ਼ਾਂ ਦਾ ਸ਼ੌਂਕ ਪਿਆ, ਹੌਲੀ ਹੌਲੀ ਫਿਰ ਲੋਕ ਡਿਮਾਂਡ ਕਰਨ ਲੱਗ ਗਏ ਇਹਨਾਂ ਚੀਜ਼ਾਂ ਦੀ, ਫਿਰ ਹੌਲੀ ਹੌਲੀ ਮੈਂ ਸੇਲ ਕਰਨ ਲੱਗ ਗਿਆ, ਤੇ ਫਿਰ ਉਸ ਹਿਸਾਬ ਨਾਲ ਵੀਰੇ ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਤਾਂ ਚਲੋ ਆਪਦਾ ਇੱਕ ਧੰਦਾ ਹੋ ਗਿਆ, ਸਹਾਇਕ ਧੰਦਾ, ਇੱਕ ਡੇਲੀ ਇਨਕਮ ਹੋ ਗਈ, ਸੇਲ ਹੋ ਗਈ ਬਾਈ ਜੀ, ਤਾਂ ਕਰਕੇ ਆਪਾਂ ਇਸ ਲਾਈਨ ਦੇ ਵਿੱਚ, ਇਸ ਫੀਲਡ ਦੇ ਵਿੱਚ। ਉਦੋਂ ਜਦੋਂ ਉਦੋਂ ਰੱਖੇ ਸੀ ਫਾਦਰ ਸਾਹਿਬ ਰਹਿਣੇ ਜਾਂ ਦਾਦਾ ਜੀ ਨੇ, ਉਦੋਂ ਕਿਹੜੇ ਕਿਹੜੇ ਜਾਨਵਰ ਸੀ? ਉਦੋਂ ਬਾਈ ਜੀ ਨੋਰਮਲ ਆਪਣੇ ਘਰੇ ਮੱਝਾਂ, ਗਾਵਾਂ, ਘੋੜੀਆਂ ਤਾਂ ਆਮ ਹੀ ਹੁੰਦੀਆਂ ਸੀਗੀਆਂ ਜੀ, ਬਾਕੀ ਜਿਵੇਂ ਡੋਗ ਵਗੈਰਾ ਹੋ ਗਏ, ਕਬੂਤਰ ਹੋ ਗਏ, ਖਰਗੋਸ਼ ਹੋ ਗਏ, ਬੱਕਰੀਆਂ ਹੋ ਗਈਆਂ, ਇਹ ਚੀਜ਼ਾਂ ਉਦੋਂ ਆਮ ਸੀਗੀਆਂ ਬਾਈ ਜੀ। ਠੀਕ ਹੈ ਹਾਂਜੀ ਬਾਈ ਜੀ, ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ। ਕੁਆਲੀਫਿਕੇਸ਼ਨ ਬਾਈ ਜੀ ਪਲੱਸ ਟੂ ਕਰਕੇ ਮੈਨੇ ਡੀ ਫਾਰਮੇਸੀ ਕੀਤੀ ਹੋਈ ਹੈ, ਮੈਡੀਕਲ ਦਾ ਜਿਹੜਾ ਮੇਰਾ ਡਿਪਲੋਮਾ ਕੀਤਾ ਹੋਇਆ ਬਾਈ। ਠੀਕ ਹੈ ਹਾਂਜੀ ਬਾਈ। ਠੀਕ ਹੈ, ਤੇ ਅੱਜ ਜੇ ਆਪਾਂ ਫਾਰਮ ਤੇ ਗੱਲ ਕਰੀਏ ਵੀਰੇ, ਕਿਹੜੇ ਕਿਹੜੇ ਜਾਨਵਰ ਆਪਣੇ ਕੋਲ? ਫਾਰਮ ਤੇ ਬਾਈ ਜੀ ਆਪਾਂ ਬਰੀਡਿੰਗ ਨਹੀਂ ਕਰਵਾਉਂਦੇ। ਠੀਕ ਹੈ। ਜੋ ਵੀ ਆਪਾਂ ਮਾਲ ਸੇਲ ਕਰਦੇ ਆ, ਚਾਹੇ ਉਹ ਪੰਛੀ ਹੈ, ਚਾਹੇ ਉਹ ਕੋਈ ਜਾਨਵਰ ਐਨੀਮਲ ਹੈ, ਉਹਦੀ ਗਾਰੰਟੀ ਆਪਣੀ ਹੁੰਦੀ ਹੈ, ਹਰ ਇੱਕ ਚੀਜ਼ ਦੀ ਆਪਣਾ ਸੇਲ ਪਰਚੇਜ ਦਾ ਕੰਮ ਆ ਵੀਰ ਜੀ। ਆਪਣੇ ਕੋਲੇ ਆਲਮੋਸਟ ਹਰ ਬਰਡ ਜਿਹੜਾ ਐਨੀਮਲ ਆ ਉਹ ਸਾਰੇ ਵੀਰੇ ਅਵੇਲੇਬਲ ਹੁੰਦੇ ਆ, ਬਾਕੀ ਜਿਵੇਂ ਕੋਈ ਸਪੈਸ਼ਲ ਆਰਡਰ ਹੈ, ਡਿਫਰੈਂਟ ਆਰਡਰ ਹੈ ਕਿਸੇ ਵੀ ਪਰਸਨ ਦਾ, ਉਹ ਆਪਾਂ ਵੀਰੇ 24 ਘੰਟਿਆਂ ਦੇ ਵਿੱਚੋਂ 48 ਘੰਟਿਆਂ ਦੇ ਵਿੱਚ ਅਰੇਂਜ ਕਰਵਾ ਕੇ ਦਿੰਦੇ। ਠੀਕ ਹਾਂਜੀ ਬਾਈ ਜੀ। ਗਾਉਂ ਜਿਵੇਂ ਵੀ ਆਰਡਰ ਆਉਂਦਾ, ਜੋ ਵੀ ਆਰਡਰ, ਜੋ ਵੀ ਕਸਟਮਰ, ਜਿਹੜੀਆਂ ਲੀਗਲ ਚੀਜ਼ਾਂ ਜਿਹੜੀਆਂ ਆਪਾਂ ਸੇਲ ਕਰ ਸਕਦੇ ਆ ਅਨਲੀਗਲ। ਠੀਕ ਹੈ। ਇਸ ਟਾਈਮ ਬਾਈ ਕਿਹੜੇ ਕਿਹੜੇ ਪੰਛੀ? ਇਸ ਟਾਈਮ ਬਾਈ ਜੀ ਆਪਣੇ ਕੋਲ ਬੱਤਖਾਂ ਪਈਆਂ ਜੀ, ਟਰਕੀ ਪਏ ਆ ਜੀ, ਬੱਕਰੀਆਂ ਪਈਆਂ ਜੀ, ਡੌਗ ਪਏ ਆ, ਕਬੂਤਰ ਪਏ ਆ ਜੀ, ਗਿੰਨੀ ਫਾਉਲ ਪਏ, ਚਕੋਰਾਂ, ਚੁਰਚਰੇ ਵੀ ਕਹਿ ਦਿੰਦੇ ਜਿਹਨਾਂ ਨੂੰ, ਹੋਰ ਆਪਣੇ ਕੋਲੇ ਖਰਗੋਸ਼ ਪਏ ਆ ਵੀਰ ਜੀ, ਤੇ ਇਹ ਚੀਜ਼ਾਂ ਆਪਣੇ ਕੋਲ ਸਾਰੀਆਂ। ਉਹ ਚੀਜ਼ ਇੱਕ ਉਹ ਜਿਹੜੇ ਸਾਹਮਣੇ ਉਹ ਇਹ ਖਾਕੀ ਕੈਂਬਲ ਬੱਤਖ ਆ ਵੀਰੇ। ਠੀਕ ਹੈ। ਇਹਨੂੰ ਖਾਕੀ ਕੈਂਬਲ ਕਹਿ ਦਿੰਦੇ, ਜਿਹੜੀ ਉਹ ਬਰਾਊਨ ਜੇ ਕਲਰ ਦੀ ਆ, ਇਹ ਸਿੰਗਲ ਪੀਸ ਅੱਜ ਭੇਜਤੇ ਇਹਦੇ ਨਾਲ ਦਾ ਮਾਲ। ਅੱਛਾ। ਇਹਨੂੰ ਵੀਰੇ ਆਂਡੇ ਦੀ ਕੈਪੈਸਿਟੀ ਜਿਹੜੀ ਬੱਤਖਾਂ ਦੇ ਵਿੱਚ ਸਭ ਤੋਂ ਜ਼ਿਆਦਾ ਇਹਦੀ, ਇਹਨੂੰ ਸ਼ੂਗਰ ਲਈ ਆਂਡਾ ਇਹਦਾ ਬਹੁਤ ਲਾਹੇਵੰਦ ਆ, ਸ਼ੂਗਰ ਕਿਸੇ ਦੀ ਵੱਧਦੀ ਆ ਘਟਦੀ ਆ, ਉਹਦੇ ਲਈ ਇਹਦਾ ਆਂਡਾ ਬਹੁਤ ਲਾਹੇਵੰਦ ਆ। ਠੀਕ ਆ। ਹਾਂਜੀ। ਇਹਦੀ ਸਾਂਭ ਸੰਭਾਲ ਆਪਾਂ ਕਿਵੇਂ ਕਰੇ? ਸਾਂਭ ਸੰਭਾਲ ਵੀਰੇ ਨਹੀਂ, ਹਾਂ ਮੁਰਗਾ ਨੂੰ ਕਰ ਸਕਦੇ ਆ, ਬਾਕੀ ਜਿੱਦਾਂ ਕਿਸੇ ਦੇ ਤਲਾਬ ਵਗੈਰਾ ਬਣੇ ਹੁੰਦੇ ਆ, ਜਿਵੇਂ ਮੰਨ ਲਾ ਸਵਿੰਗ ਪੂਲ ਬਣੇ ਹੁੰਦੇ ਆ, ਉਹਦੇ ਵਿੱਚ ਆਪਾਂ ਛੱਡ ਸਕਦੇ ਆ, ਮੱਛਰ ਮੱਖੀ ਤੋਂ ਸਫਾਈ ਵਾਸਤੇ ਜਿਹੜੀ ਇਹਨੂੰ ਲੋਕ ਵਰਤਦੇ ਆ, ਯੂਜ਼ ਕਰਦੇ ਆ। ਡਾਇਟ ਪਲਾਨ ਦਾ ਇਹਦਾ ਕੀ ਸਿਸਟਮ? ਬਸ ਸੇਮ ਮੁਰਗਿਆਂ ਵਾਲਾ, ਸਾਰਾ ਕਣਕ ਰੋਟੀ ਹਰਾ ਚਾਰਾ ਕੁਛ ਮਰਜ਼ੀ ਪਾ ਸਕਦੇ ਆ, ਇਹ ਆਪਣੀ ਵਾਈਟ ਆਮ ਹੀ ਪਿੰਡਾਂ ਦੇ ਵਿੱਚ ਹੁੰਦੀਆਂ ਆਪਣੇ, ਇਹਨੂੰ ਰਾਜਹੰਸ ਕਹਿ ਦਿੰਦੇ ਬਾਈ ਜੀ। ਠੀਕ ਹੈ। ਇਹਨੂੰ ਮੰਨ ਲਾ ਜਿਵੇਂ ਇਹ ਰਾਖੀ ਵਾਸਤੇ ਵੀ ਲੋਕ ਇਹਨੂੰ ਲੈ ਕੇ ਜਾਂਦੇ ਬਾਈ ਜੀ, ਤੇ ਇਹ ਪਾਰਕਾਂ 'ਚ, ਗੁਰੂ ਘਰਾਂ ਦੇ ਵਿੱਚ, ਪੈਲਸਾਂ ਦੇ ਵਿੱਚ ਮਤਲਬ ਸੋਹਣੀਆਂ ਲੱਗਦੀਆਂ ਫਿਰਦੀਆਂ, ਇਹਨੂੰ ਵੀ ਲੋਕ ਬਹੁਤ ਪਰਚੇਜ ਕਰਦੇ। ਸੇਲ ਪਰ ਸੇਲ ਵਾਸਤੇ? ਹਾਂਜੀ ਹਾਂਜੀ, ਆਪਣੇ ਕੋਲ 20 ਪੀਸ ਸੀਗੇ ਪਿਛਲੇ ਵੀਕ, ਅੱਜ ਵੀ ਭੇਜੇ ਆ, ਕੱਲ ਵੀ ਭੇਜੇ ਆ, ਇਹ ਆਪਣੇ ਕੋਲ ਇੱਕ ਪੇਅਰ ਰਹਿ ਗਿਆ ਜੀ ਬਾਕੀ ਜੀ। ਠੀਕ। ਹਾਂਜੀ ਬਾਈ ਬਾਈ, ਇੱਧਰ ਆਪਾਂ ਗੱਲ ਕਰੀਏ ਬੱਕਰੀਆਂ ਦੀ। ਹਾਂਜੀ ਹਾਂਜੀ, ਘੈਂਟ ਕੁਆਲਿਟੀ ਬੱਕਰੀਆਂ ਬਾਈ ਜੀ, ਆਹ ਇਹ ਬਾਈ ਜੀ ਪਹਿਲਾਂ ਤਾਂ ਮੇਰੇ ਫਾਦਰ ਸਾਹਿਬ ਨੂੰ ਸ਼ੌਂਕ ਸੀਗਾ ਬਹੁਤ ਜ਼ਿਆਦਾ, ਮੈਂ ਫਾਦਰ ਸਾਹਿਬ ਨੂੰ ਕਹਿੰਦਾ ਹੁੰਦਾ ਸੀਗਾ ਤੂੰ ਐਵੇਂ ਬੱਕਰੀਆਂ ਮਗਰ ਤੁਰਿਆ ਫਿਰਦਾ, ਕਿਉਂਕਿ ਆਪਣੇ ਲੋਕ ਆ ਨਾ ਬਾਈ ਜੀ ਜਿਹੜੇ ਬੱਕਰੀਆਂ ਦੇ ਧੰਦੇ ਨੂੰ ਇੰਨਾ ਵਧੀਆ ਧੰਦਾ ਨਹੀਂ ਮੰਨਦੇ, ਉਹਨਾਂ ਨੂੰ ਐਂ ਲੱਗਦਾ ਵੀ ਇਹ ਨਿੱਕੇ ਲੋਕਾਂ ਦਾ ਜਾਂ ਮਾੜੇ ਲੋਕਾਂ ਦਾ ਧੰਦਾ, ਤੇ ਮੰਨ ਲਾ ਵੀ ਇਹਨੂੰ ਸ਼ੌਂਕ ਵਧੀਆ ਨਹੀਂ ਸਮਝਦੇ, ਪਰ ਜਦੋਂ ਹਰੇਕ ਚੀਜ਼ ਦੇ ਵਿੱਚ ਆਪਾਂ ਵਿਚਰਦੇ ਆ, ਉਸ ਚੀਜ਼ ਬਾਰੇ ਜਾਣਕਾਰੀ ਆਉਂਦੀ ਆ, ਫਿਰ ਆਪਾਂ ਨੂੰ ਪਤਾ ਲੱਗਦਾ। ਹੁਣ ਆਪਣੇ ਨੇੜੇ ਨੇੜੇ ਬਾਈ ਜੀ ਮੰਨਣ ਲੱਗਦੀਆਂ, ਭਲਾਈ ਆਣੇ ਹੋ ਗਈ, ਸੂਰੇ ਵਾਲੇ ਹੋ ਗਈ, ਰਖਾਲੇ ਹੋ ਗਈ, ਉੱਥੇ ਜਾ ਕੇ ਦੇਖੀਦੇ ਆ, ਸੌਦੇ ਹੁੰਦੇ ਆ, ਉਹ ਇੰਟਰਸਟਡ ਚੀਜ਼ਾਂ ਹੁੰਦੀਆਂ। ਮੈਂ ਵੀ ਹਰ ਮੰਡੀ ਤੋਂ ਬੱਚੇ ਖਰੀਦ ਕੇ ਲਿਆਉਣਾ, ਅਡਲਟ ਖਰੀਦ ਕੇ ਲਿਆਉਣਾ, ਜਦੋਂ ਆਪਾਂ ਨੂੰ ਚੰਗਾ ਬੈਨੀਫਿਟ ਮਿਲਦਾ, ਵਧੀਆ ਪੈਸਾ, ਮਤਲਬ ਕਮਾਈ, ਹਰੇਕ ਬੰਦਾ ਕਮਾਈ ਮਾਰਾ ਹੀ ਤੁਰਿਆ ਫਿਰਦਾ, ਤਾਂ ਫਿਰ ਮੈਨੂੰ ਵੀ ਸ਼ੌਂਕ ਪੈ ਗਿਆ, ਹੁਣ ਹਰੇਕ ਮੰਡੀ ਦੇ ਬਾਈ ਜੀ ਮੈਂ ਵੀ ਫਾਦਰ ਸਾਹਿਬ ਦੇ ਨਾਲ ਜਾਂਦਾ। ਇਹ ਬੱਚਾ ਬਾਈ ਜੀ ਇਹਦਾ ਪਿਓ ਫੁੱਲੇ ਵਾਲੀ ਮੰਡੀ ਤੋਂ ਚੈਂਪੀਅਨ ਆ ਵੀਰ ਜੀ, ਇਹ ਹਜੇ ਖੀਰਾ ਬੱਚਾ ਜੀ, ਇਹ ਬਾਈ ਜੀ ਫੁੱਲੇ ਵਾਲੇ ਚੈਂਪੀਅਨ ਆ, ਬੱਕਰਾ 6-7 ਵਾਰੀ ਚੈਂਪੀਅਨ ਬਣਿਆ।
हां फूले वाले मंडी ते ओदे बकरे बारे नहीं पता पर ए मेनू शहरी बाई ने गिफ्ट किया बठिंडे वाले ने जेड़ा बख्श कोड़े वाला ओदे कोल 100-150 बकरी है बाई ए एक बकरा एको पाठा ओदी मां जेड़ी तीन वारी दुध मुकाबले जीतू आ ए दोने बाई जी उन्हें अपन गिफ्ट किए हां जी बाई हां जी बाई ए तो हो गई इस गलबात आ जे कोई भरा हुण वीडियो वेख के अगला क्वालिटी नु जांदा ही है हां जी जांदा है किसी बंदे ने कहता यार बाई 10 किन्ने पैसे लेने नहीं ए ए मेरे ए अपने फार्म ते रहूगा जिन्ना टाइम रहूगा जदों भी अपना ना वैसे तो कोई मसला ही नहीं इनू ना देने वाला पर जे देना भी होया ते बाई दे फार्म ते वापस आना मेरे ए दा किसी के ना उससे बाई कोले वापस आना क्योंकि ए चीज वड्डी आ ए जदों जम्मया सी इहदा 30,000 रुपया लग्या सी इक दिन दे दा ते 150 बकरी दे विचों बाई ने मैनूं कहा सी वी जिहड़े मर्जी फड़ ला क्रॉसिंग हजे नहीं छड़ांगे वीरे आपां 6 महीनों तो बाद छड़ांगे ते आपां जिहड़े नॉर्मल लोकल है वीरे उन्हां वास्ते इहदी फीस रखांगे 1,000 रुपया जी ਜਿਹੜਾ ਭਰਾ ਦੂਰੋਂ ਚੱਲ ਕੇ ਆਊਗਾ ਜੀ ਉਹਦੇ ਵਾਸਤੇ 500 ਰੁਪਿਆ ਜੀ ਤੇ ਜਿਹੜੇ ਬੰਦੇ ਦੀ ਪਹੁੰਚ ਨਹੀਂ ਮੰਨ ਲਾ ਕਈ ਵਾਰੀ ਨਹੀਂ ਪਹੁੰਚ ਹੁੰਦੀ ਬੰਦੇ ਦੀ ਬੱਕਰੀ ਭਰਾਉਣ ਦੀ ਤੇ ਆਪਾਂ ਫ੍ਰੀ ਵੀ ਛੱਡਾਂਗੇ ਹਾਂਜੀ ਬਾਈ ਕਿੰਨੇ ਚਿਰ ਦਾ ਹੋ ਗਿਆ ਹੋਊਗਾ ਇਹ ਹਜੇ ਹੈਗਾ 9 ਕੁ ਮਹੀਨਿਆਂ ਦਾ ਬਾਈ ਜੇ ਮੈਂ 6 ਕੁ ਮਹੀਨਿਆਂ ਦਾ ਲਿਆਇਆ ਸੀਗਾ ਇਹ 3 ਕੁ ਮਹੀਨੇ ਹੋਇਆ ਮੇਰੇ ਕੋਲੇ ਬਾਈ ਕੋਲੇ ਮਾਲ ਜ਼ਿਆਦੇ ਸੀਗਾ ਹੁਣ ਥੋੜਾ ਜਿਹਾ ਵਧੀਆ ਹੋ ਗਈ ਸਿਹਤ ਇਹਦੀ ਪਹਿਲਾਂ ਥੋੜਾ ਜਿਹਾ ਵੀਕ ਸੀ ਬਾਈ ਹਾਈਟ ਹੋ ਗਈ ਇਹਦੀ ਹਾਈਟ ਆਪਾਂ ਮਿਣੀ ਨਹੀਂ ਮੇਰੇ ਕਦੇ ਨਹੀਂ ਮੈਂ ਨਹੀਂ ਕਦੇ ਕਿਉਂਕਿ ਮਿਣਗੇ ਆਪਾਂ ਤਾਂ ਆਪਾਂ ਸੇਲ ਕਰਨਾ ਹੋਵੇ ਵੀਰੇ ਆਪਾਂ ਕਦੇ ਮਿਣੀ ਨਹੀਂ ਹਾਂਜੀ ਬਾਈ ਹੋਰ ਆਪਾਂ ਦੇਖੀਏ ਉਧਰੋਂ ਜਾਂ ਹਾਂਜੀ ਹਾਂਜੀ ਹੋਰ ਇਹ ਇਹ ਇੱਕ ਬੱਕਰੀ ਤੁਹਾਨੂੰ ਦਿਖਾਉਣਾ ਬਾਈ ਇਹ ਬੱਕਰੀ ਆਪਣੇ ਕੋਲੇ ਘਰ ਦੀ ਹੋਮ ਬਰੀਡਿੰਗ ਦੀ ਇਹ 38 ਇੰਚ ਦੀ ਹੈ ਬਾਈ ਹਾਂਜੀ ਹਾਂਜੀ ਲਿਓ ਇਹ 38 ਇੰਚ ਦੀ ਬੱਕਰੀ ਹੈ ਹਾਂ ਇਹ ਇਸ ਟਾਈਮ ਮੌਕੇ ਤੇ ਖਾਲੀ ਹੈ ਬਾਈ ਠੀਕ ਹਾਂਜੀ ਹਾਂਜੀ ਇਹ ਆਪਣੀ ਸੇਲ ਨਹੀਂ 38 ਇੰਚ ਹਾਈਟ ਹੈ ਇਹ ਅਸੀਂ ਵੈਸੇ ਹੀ ਇੱਕ ਦਿਨ ਮਿਣੀ ਸੀਗੀ ਅਸੀਂ YouTube ਤੇ ਦੇਖੀ ਸੀਗੀ ਤੋਂਗ ਵਾਲੀ ਮੰਡੀ ਤੇ ਇੱਕ ਖਾਲੀ ਬੱਕਰੀ ਦਾ 40 ਇੰਚ ਦੀ ਦਾ 1,40,000 ਰੁਪਿਆ ਲੱਗਾ ਸੀ ਠੀਕ ਉਦੋਂ ਇਹ ਸੂਣ ਵਾਲੀ ਸੀਗੀ ਉਦੋਂ ਮੈਂ ਕਿਹਾ ਆਪਾਂ ਵੀ ਮਿਣ ਕੇ ਦੇਖ ਗਏ ਵੀ ਆਪਣੀ ਕਿੰਨੇ ਕੁ ਰੁਪਈਆਂ ਦੀ ਹੈ ਤੇ ਕਿੰਨੇ ਕੁ ਇੰਚ ਦੀ ਹੈ ਉਦੋਂ ਅਸੀਂ ਮਿਣੀ ਸੀ ਉਦੋਂ 38 ਇੰਚ ਦੀ ਸੀ ਆਹ ਬੱਚਾ ਬਾਈ ਇਹਦਾ 3.5 ਮਹੀਨੇ ਦਾ ਇੱਕ ਬੱਚਾ ਵੇਚਤਾ ਆਪਾਂ ਸੂਰੇ ਵਾਲੇ ਮੰਡੀ ਤੇ 2 ਮਹੀਨੇ ਦਾ 15,000 ਦਾ ਆਹ 3.5 ਮਹੀਨੇ ਦਾ ਬੱਚਾ ਬਾਈ ਠੀਕ ਹੈ 3.5 ਮਹੀਨੇ ਉਮਰ ਹੈ ਬਾਈ ਜੀ ਨੈਟ ਠੀਕ ਹੈ ਹਾਂਜੀ ਬਾਈ दो सिंह अपने बकरियां हां दो गिफ्ट आए अपने जी आ जिहड़े अंदर है अपने घर दे मां बाई जी दुध मुकाबले जीतू है तीन बारी ए भी बाई ने हां ए मोरां नूं पहल पाउंदे आ जी इहनूं भी लोक बाई मैं इन्ने जानवर कठे बहुत घट वेखे कठे किवें हुंदे तुहाडे कोल किवें आउंदे आ डोडी अपना नेटवर्क बणिया बाई व्हाट्सएप दे उत्ते अपने कोल 5-7,000 बंदा ऐड आ 5-6,000 बंदा अपने को इंस्टाग्राम ते ऐड है जी जिहड़ी भी चीज सेल करनी है आपां उहदी सेल दी ऐड पा लेनी है जी जिहड़ी चीज दी आपां नूं रिक्वायरमेंट उहदी आपां रिक्वायरमेंट पा देनी है 24 घंटे तों 48 घंटे दे विच विच अपने कोल अवेलेबल हो जांदी है लोक जुड़े हुए अपने नाल ठीक हां जी बाई ठीक है ते बाई इधर आपां कबूतर देखी हां जी बाई जी आ जी ये कबूतर आ गए भाई हां जी उदू पहला आ मुर्गे आ गए भाई जी ठीक है ये अपने बेंटम है जी ठीक जापानी बेंटम कह देंदे जी इन्हें ठीक है हां जी ये एडी एडी रहंदे ये एडी एडी रहने अडल्ट है जी अंडे दे रहे है जी ठीक है अंडे देंदे हां हां जी ਤੇ ਬਈ ਆਹ ਫਿਰ ਇਕੱਠਾ ਲੋਟ ਚੱਕਿਆ ਜਾਂ ਇੱਕ ਨਹੀਂ ਨਹੀਂ ਇਹ ਲਗ ਲਗ ਵੀਰੇ ਇਹ ਘੱਟੋ ਘੱਟ 15 ਪਾਰਟੀਆਂ ਤੋਂ ਆਇਆ ਮਾਲ ਠੀਕ ਹੈ ਇਹ ਸੇਲ ਹੁੰਦਾ ਰਹਿੰਦਾ ਇਹਦੇ ਵਿੱਚ ਸੈਂਡੀਨੇਟ ਵੀ ਆ ਸਰਾਜੇ ਵੀ ਆ ਉੱਡਨੇ ਵੀ ਆ ਨਕਾਬੋਸ਼ ਵੀ ਆ ਇੰਡੀਅਨ ਫੈਂਟੇਲ ਵੀ ਆ ਦੇਸੀ ਲਗੇ ਵੀ ਆ ਇਹ ਸਾਰੀਆਂ ਅਲੱਗ ਅਲੱਗ ਕੁਆਲਟੀਆਂ ਦੇ ਠੀਕ ਹੈ ਕਿਉਂਕਿ ਆਪਾਂ ਬਰੀਡਿੰਗ ਨਹੀਂ ਕਰਾਉਂਦੇ ਆਪਣੇ ਕੋਲ ਤਾਂ ਆਇਆ ਤੇ ਗਿਆ ਮਾਲ ਠੀਕ ਐ ਹੀ ਹੁੰਦਾ ਹਾਂਜੀ ਹਾਂਜੀ ਵੀਰੇ ਠੀਕ ਹੈ ਇਹ ਕਦੋਂ ਕਿੰਨਾ ਟਾਈਮ ਹੋ ਗਿਆ ਬਈ ਇਹ ਮੈਨੂੰ 15 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਠੀਕ ਹਾਂਜੀ ਹਾਂਜੀ ਬਈ
मान के चलो आईलैट्स का दौर आ जा लोग जॉब जूब वाले पास ज्यादा भजते हैं। हाँ जी थोनू नहीं लगे यार भी छड़ के मैं जॉब जूब वाले पास नहीं पता की चक्कर है जॉब का पहली गल तो भी जॉब मिलती नहीं सरकारी तो बहुत घट मिलती है। दूसरी गल जे प्राइवेट जॉब की गल करिए प्राइवेट जॉब मिलती है ते प्राइवेट जॉब दे विच वीरे भावे तो थोड़ी बी ए की है भावे बी एड की है भावे एम ए की है कोई मर्जी डिप्लोमा किया कोई मर्जी स्टडी है सैलरी वीरे थोनू देनी है 5 to 7 हज़ार नैट 10 हज़ार रुपया ओहदे विच वीरे रोटी पानी ते तेल पानी का 5 हज़ार खर्चा कढ दो 5 हज़ार जे आपां बजूगा तो 150 रुपया दिहाड़ी करने वालों तो 300 रुपया उ किसी दिहाड़ी जाए कोई फायदा नहीं समझिए अपने 5-7 हज़ार तो वह खुद ज्यादा पैसा कमाते हैं अगे पार्टियां तो क्योंकि उन्होंने बिजनेस आपू मीनस बॉस थले रखता जॉब से तो वो नो ये है कि अपना आपका सहायक धंधा हो मेरी 5 to 7 हज़ार की डेली की पर डे की नॉर्मल सेल है 24 घंटे मैं घरे रहना सब तो वड्डा प्लस पॉइंट ना किसी गलत फील्ड से हूँ जिवें बंदा वेला उहदे कोल पैसा नहीं उन्हें घरों बाहर चलाया उन्होंने गलत लोग मिलने ऑटोमैटिक बच्चा जो अगला कहता साढ़े मुंडे किसी मुंडे ने लाता खुद लगता बंदा वह माइंड वेला मिसगाइड होकर गलत ट्रैक से चला जाता नशे कर लग जाता लड़ाइया कर लग जाता वो गलत दल दल के फस जाता हूँ मेरे को इन्ने जानवर रखे मैनू फिक्र आ यार मैं पैसे लाया मेरे को घरे जानवर आ मैं उन्होंने दाने पाने मैं पानी पाना मैं जा ही नहीं सकता कि बहुत वधिया धंधा कई लोग इन माड़ा भी कहें चलो उन्होंने बारे आप कुछ कह नहीं सकते पर मेरे लिए बहुत वधिया धंधा बाकी सो नैटवर्क बहुत हुण तुसी आए हो मेरे करके नहीं आए इन्हां करके आए हो जेकर ये है तो इन्नी दूरों मेरे को चल के आए जे मेरे को होंगे ही ना तो थोड़ी मेरे को आना सब तो वड्डी जान पछाण इहदे करके मेरी इंडिया तो इंडिया तो बाहर बहुत वड्डे लैवल ते जिहड़ी मान लो भरावां नाल जिहड़ा प्यार मेरा मिलदा ते जुड़िया होया मैं लोकां नाल जी जी हां जी ਬਈ ਹੁਣ ਇਹ ਤਾਂ ਹੋ ਗਏ ਜਾਨਵਰ ਸਾਰੇ ਹਾਂਜੀ ਹਾਂਜੀ ਤੇ ਜੇ ਮੰਨ ਕੇ ਚਲੋ ਵੀ ਹੁਣ ਪੰਜਾਬ ਤੋਂ ਬਾਹਰ ਜੇ ਕਿਸੇ ਬੰਦੇ ਨੂੰ ਚਾਹੀਦਾ ਕਿਤੇ ਵੀ ਵੀਰੇ ਆਲ ਇੰਡੀਆ ਜਿੱਥੇ ਵੀ ਇੰਡੀਆ ਤੋਂ ਜਿੱਥੇ ਮਰਜ਼ੀ ਹੁਣ ਬਾਹਰ ਦੀਆਂ ਕੰਟਰੀਆਂ ਜਿਹੜੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ USA ਵਗੈਰਾ ਉਧਰ ਦੇ ਬੰਦੇ ਵੀ ਆਰਡਰ ਕਰਦੇ ਆ ਉਹ ਜਿਹੜੇ ਲੋਕ ਆ ਕੰਮ ਤੋਂ ਘਰੇ ਘਰੋਂ ਕੰਮ ਤੋਂ ਘਰੇ ਉਹ ਜਦੋਂ ਵੀਡੀਓ ਕਾਲ ਉਹਨਾਂ ਨੂੰ ਮੈਂ ਕਰਦਾ ਖੁਸ਼ ਹੋ ਜਾਂਦੇ ਆ ਉਹਨਾਂ ਦੇ ਇਧਰ ਫਾਰਮ ਬਣਾਏ ਹੋਏ ਆ ਇਨਵੈਸਟਮੈਂਟ ਕਰਕੇ ਉਹ ਆਰਡਰ ਦਿੰਦੇ ਆ ਵੀਰੇ ਪਰਚੇਜ ਕਰਦੇ ਆ ਮੇਰੇ ਤੋਂ ਪਰਚੇਜ ਕਰਨ ਤੋਂ ਬਾਅਦ ਉਹ ਆਪਣੇ ਫਾਰਮਾਂ ਤੇ ਮੇਰੇ ਤੋਂ ਡਿਲੀਵਰ ਕਰਵਾ ਲੈਂਦੇ ਅੱਜ ਵੀ ਮੈਂ ਭੇਜਿਆ ਆਸਟ੍ਰੇਲੀਆ ਵੀਰਾ ਉਹਨੇ ਮੈਨੂੰ ਮੁਰਗੇ ਮੰਗਵਾਏ ਸੀਗੇ 50,000 ਰੁਪਏ ਦੇ ਕੁਛ ਮੈਂ ਪਹਿਲਾਂ ਭੇਜਦੇ ਸੀ ਕੁਛ ਅੱਜ ਭੇਜਿਆ ਉਹ ਵੀਰਾ ਬਟਾਲੇ ਤੋਂ ਆ ਉਹ ਆਪ ਆਸਟ੍ਰੇਲੀਆ ਅੱਜ ਵੀ ਮੈਂ ਭੇਜਿਆ ਮਾਲ ਤੁਹਾਡੇ ਆਉਣ ਤੋਂ ਪਹਿਲਾਂ ਜੀ ਹਾਂਜੀ ਹਾਂਜੀ ਉਹ ਆਪਣੇ ਫਾਰਮਾਂ ਤੇ ਭਿਜਵਾ ਲੈਂਦੇ ਜੀ ਠੀਕ ਹੈ ਹਾਂਜੀ ਠੀਕ ਹੈ ਬਈ ਆਪਣਾ ਨੰਬਰ ਬੋਲ ਦਿਓ ਇੱਕ ਵਾਰੀ ਨੰਬਰ ਵੀਰੇ ਮੇਰਾ ਜਿਹੜਾ WhatsApp ਨੰਬਰ ਆ ਉਹ 9781123 9781123 ਇਹ ਮੇਰਾ WhatsApp ਨੰਬਰ ਆ ਜਿਹੜਾ ਮੇਰਾ ਕਾਲਿੰਗ ਨੰਬਰ ਆ ਉਹ 8360656900 ਤੇ ਜਿਹੜਾ ਮੇਰਾ ਪੇਜ ਹੈ ਇੰਸਟਾਗ੍ਰਾਮ ਤੇ ਉਹ ਬਰਾੜ ਫਾਰਮ ਸ੍ਰੀ ਮੁਕਤਸਰ ਸਾਹਿਬ ਹੈ ਤੇ ਬਾਕੀ ਵੀਰੇ ਕਿਉਂਕਿ ਮੈਂ ਬੰਦਾ ਇਕੱਲਾ ਕਾਲਾਂ ਬਹੁਤ ਜ਼ਿਆਦਾ ਆਉਂਦੀਆਂ ਤੇ ਜਿਹੜੇ ਇੰਟਰਸਟਡ ਭਰਾ ਉਹੀ ਕਾਲ ਕਰਨ ਤੇ ਕੋਸ਼ਿਸ਼ ਕਰਨ ਕਾਲ ਤੋਂ ਵੀ WhatsApp ਤੇ ਮੈਸੇਜ ਕਰਨ ਮੈਂ ਫ੍ਰੀ ਟਾਈਮ ਹਰ ਇੱਕ ਬੰਦੇ ਨੂੰ ਫੋਟੋ ਵੀਡੀਓ ਤੇ WhatsApp ਤੇ ਮੈਸੇਜ ਜਿਹੜਾ ਰਿਪਲਾਈ ਕਰੂੰਗਾ ਇਹ ਗਿੰਨੀ ਪੈਗਾ ਬਾਈ ਠੀਕ ਹੈ ਹਾਂਜੀ ਹਾਂਜੀ ਇਹਨੂੰ ਬੱਚੇ ਤੇ ਸ਼ਹਿਰਾਂ ਵਾਲੇ ਲੋਕ ਜਿਹੜੇ ਬਹੁਤ ਪਸੰਦ ਕਰਦੇ ਆ ਇਹ ਆਮ ਆਪਣੇ ਹਾਂ ਇਹਨੂੰ ਚੂਹਾ ਵੀ ਕਹਿ ਦਿੰਦੇ ਆ ਜੀ ਛੋਟਾ ਸੂਰ ਵੀ ਕਹਿ ਦਿੰਦੇ ਆ ਖਰਗੋਸ਼ ਵੀ ਕਹਿ ਦਿੰਦੇ ਆ ਜੀ ਇਹਦੀ ਬਹੁਤ ਸੇਲ ਹੁੰਦੀ ਹੈ ਜੀ ਇਹ ਟੂਆ ਪੱਟ ਕੇ ਰਹਿੰਦੇ ਨੇ ਉਹ ਨਹੀਂ ਪੜਦੇ ਜੋ ਜਿਹੜੇ ਸਿੰਪਲ ਆਪਣੇ ਰੈਬਿਟ ਦੇਸੀ ਉਹ ਪੜਦੇ ਆ ਜੀ ਇਹ ਨਹੀਂ ਪੜਦੇ ਡਾਈਟ ਸੇਮ ਕਰਕੇ ਇਕੱਠੇ ਛੱਡੇ ਹੋਏ ਆ ਹਰੇ ਪੱਠੇ ਰੋਟੀਆਂ ਕਣਕ ਜੋ ਮਰਜ਼ੀ ਆਪਾਂ ਪਾ ਸਕਦੇ ਆ ਇਹ ਕਿੰਨੇ ਚਿਰ ਦਾ ਬੱਚਾ ਹੋਊਗਾ ਇਹ ਅਡਲਟ ਹੈ ਜੀ ਠੀਕ ਅਡਲਟ ਮੇਲ ਹੈ ਜੀ ਠੀਕ ਹੈ ਹਾਂਜੀ ਹਾਂਜੀ ਅੱਛਾ ਇਹਨੂੰ ਆਪਾਂ ਨਾਰਮਲੀ ਘਰਾਂ ਚ ਆਮ ਹੀ ਰੱਖ ਸਕਦੇ ਆ ਵੀ ਜੀ ਠੀਕ ਹਾਂਜੀ ਇਹ ਇਧਰ ਗਿੰਨੀ ਫੌਲ ਆ ਗਏ ਜੀ ਠੀਕ ਹੈ ਚਕੋਰਾਂ ਕਹਿ ਦਿੰਦੇ ਜਿਨ੍ਹਾਂ ਨੂੰ ਚੁਰਚਰੇ ਜੀ ਅਬੇ ਜੀ ਇਹਨੂੰ ਰਾਖੀ ਵਾਸਤੇ ਲੋਕ ਬਹੁਤ ਪਰਚੇਜ਼ ਕਰਦੇ ਆ ਠੀਕ ਹੈ ਗਾਰਡਨ ਪਰ ਇਹ ਰਾਖੀ ਆ ਕਿਵੇਂ ਕੀ ਸਿਸਟਮ ਆ ਮੰਨ ਲਓ ਜਿੱਦਾਂ ਬਾਹਰੋਂ ਕੋਈ ਕੁੱਤਾ ਫਾਰਮ ਤੇ ਜਾਂ ਕੋਈ ਸੱਪ ਜਾਂ ਕੋਈ ਹੋਰ ਬੰਦਾ ਉੱਪਰ ਆ ਜਾਂਦਾ ਤੇ ਰੌਲਾ ਪਾ ਦਿੰਦੇ ਆ ਅਲਰਟ ਕਰ ਦਿੰਦੇ ਆ ਆਪਾਂ ਨੂੰ ਜਿਵੇਂ ਹੁਣ ਬੋਲੀ ਜਾਂਦੇ ਆ ਹਾਂਜੀ ਹਾਂਜੀ ਇਹ ਰੌਲਾ ਪਾ ਦਿੰਦੇ ਠੀਕ ਹੈ ਹਾਂਜੀ ਇਹ ਬਾਈ ਜੀ ਮੋਹਰਾ ਨਸਲ ਦਾ ਸਾਂਹ ਆਪਣੇ ਕੋਲੇ ਇਹ ਸੁਲਤਾਨ ਦਾ ਬੱਚਾ ਹਰਿਆਣਾ ਦਾ ਇਹਦਾ ਮਦਰ ਕੋਰਡ 23 ਲੀਟਰ 700 ਗ੍ਰਾਮ ਆ ਬਾਈ ਤੇ ਇਹ 4 ਦੰਦ ਹੋ ਗਿਆ ਬਾਈ ਇਹ ਆਪਣੇ ਚਾਚਾ ਜੀ ਲੈ ਕੇ ਆਏ ਸੀਗੇ ਹਰਿਆਣੇ ਤੋਂ ਵੀਰੇ ਹਿਸਾਰ ਤੋਂ 1,40,000 ਰੁਪਏ ਦੀ ਉਹਦੇ ਮਗਰ ਕੱਟੀ ਆਈ ਸੀਗੀ ਜਿਹੜੀ ਕੱਟੀ ਆਈ ਸੀ ਉਹਦੇ ਮੰਨ ਕੇ ਚਲੋ ਵੀ ਆਪਾਂ ਟੀਕਾ ਭਰਾਏ ਸੁਲਤਾਨ ਦਾ ਕੱਟੀ ਆਪਣੇ ਕੋਲੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਖੜੀ ਆ ਉਹ ਹੁਣ ਉਹ ਤੀਜਾ ਸੂਆ ਸੂਈ ਵੀ ਹੈ ਜੀ ਹਾਂ ਇਹਦੀ ਮਦਰ ਜੀ ਚਾਚਾ ਜੀ ਕੋਲੇ ਨਾਲ ਦੇ ਘਰੇ ਹੈ ਹਾਂਜੀ ਹਾਂਜੀ ਹੁਣ ਉਹ ਫੇਰ ਸੂਈ ਹੋਈ ਆ ਹੁਣ ਕੱਟਾ ਉਹਦੇ ਮਗਰ ਇਹ ਬਾਈ 4 ਦੰਦ ਹੋ ਗਿਆ ਜੀ ਹਾਂਜੀ ਹਾਂਜੀ
मार्किंग भाई थोड़े सामने है, बस कल पूछ चिट्टी है, बाकी ये बच्चे जेडे जेड ब्लैक भी आते हैं। हाँ जेड ब्लैक आते हैं। यदि क्रॉसिंग फीस बी जी पिंड तो 700 है जी, बाहर जेडे पिंड तो आते 500। जेडे बंदे की पहुँच नहीं, जिमें मेहनत मजदूरी वाला बंदा उन्हों आप फ्री भी छा दे। हाँ जी हाँ जी। पेट्रोल का शौक किमें पै गया? खतरनाक ये भी बचपन तो ही शौक है भाई। नहीं खतरनाक तो भी ये तो लोगों ने बनाए आ। हुण जानवर नूं आपां मान ला खोलना ही नहीं, दाणा मान ला रोटी पानी टाइम ते नहीं पाउणा, बाहर अंदर नहीं लोकां च विचराउणा, ते ओह इरिटेट हो के वड्ढण लग जांदा। हुण इह मेरे कोले अडल्ट ही आया, वड्डा ही आया, हुण इहनूं जिवें मर्जी आ देख लो, इहदे मूंह च हत्थ पाई आ, जिवें मर्जी पाई आ, जिवें मर्जी मारी आ, कोई चक्कर नहीं, कुछ नहीं आंदा इह बिलकुल भी, पूरा सियाणा डॉग। प्यार करांगे तां प्यार इह। हां।